26 जनवरी की रिपोर्ट आउंदी आ थोड़े नाल भी गल होई सी कि तकरीबन तकरीबन 1.5 लाख का कट सी और कार्ड टुटेगा साडे जिहड़े इत्थे आगू बैठे ने उन्हां नूं बेनती है क्यों नहीं मनदा राजपाल क्यों नहीं मनदा राष्ट्रपति 10-12 बंदियां दे उत्ते सीधी गोली चलाउंदी है क्योंकि सिखां नूं दबाया जा सके डराया जा सके और लोकां नूं घरों घरी तूरिया जा सके कहिंदे हुण जित्त दे जकारे कदों लगणगे आ तरीक सीगी जथेदार जगतार सिंह हवारा हुरां दी कल अदालत ने यह गल कही है अदालत ने 10 तरीक नूं उन्हां नूं पेश करन नूं कहा अज दिव्यांग लोग आए ने अपाहज लोग आए ने अज का जत्था अपाहज लोगों का गया पगां तां मेरे वर्गियां दे सारयां दे सिर ते ने तुसीं ओह पेच किथे अड़िया की कह रही है सरकार देखो उहदे विच कोई नकूना उन्हां ने छड्ड दित्ता है जिहदे करके CGM ने ओह रिहाई लटका दित्ती है खास करके अकाली दल ये कहिंदा मैं विरसा सिंह होरां दीआं ओह देखदा रहिंदा और 15 अगस्त नूं इत्थे 26 जनवरी तों वी वड्डा इकट्ठ होएगा जिहदे विच किसान जथेबंदियां मजदूर जथेबंदियां ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਸੰਗਤ ਦੇ ਕਾਫੀ ਮੈਸੇਜ ਆ ਰਹੇ ਸੀਗੇ ਕਿ ਮੋਰਚੇ ਦੇ ਉੱਤੇ ਕੀ ਹਾਲਾਤ ਨੇ ਵਿਖਾਓ ਤਾਂ ਥੋੜਾ ਜਿਹਾ ਤੁਸੀਂ ਸੰਗਤ ਨੂੰ ਜ਼ਰੂਰ ਦੱਸੋ ਵੀ ਕੀ ਕੁਛ ਤੁਸੀਂ ਵੇਖ ਰਹੇ ਹੋ ਦੇਖੋ ਹਾਲਾਤ ਇਹ ਹੈ ਕਿ ਕੁਛ ਕਾਰਨ ਸੀ ਜਿਨ੍ਹਾਂ ਕਰਕੇ ਮੋਰਚਾ ਪਿਛਲੇ ਸਮੇਂ ਦੇ ਵਿੱਚ ਕਮਜ਼ੋਰ ਹੋਇਆ ਜੀ ਉਹਦਾ ਕੋਈ ਇੱਕ ਕਾਰਨ ਨਹੀਂ ਸੀ ਉਹਦੇ ਬਹੁਤ ਸਾਰੇ ਕਾਰਨ ਸੀ ਇੱਕ ਤਾਂ ਮੋਰਚਾ ਜਿਨ੍ਹਾਂ ਤਾਕਤਾਂ ਦੇ ਖਿਲਾਫ ਲੱਗਿਆ ਜੀ ਉਹ ਬਹੁਤ ਸ਼ਕਤੀਸ਼ਾਲੀ ਲੋਕ ਭਾਵੇਂ ਉਹ ਸੌਦਾ ਸਾਧ ਹੋਵੇ ਭਾਵੇਂ ਉਹ ਸਮੇਤ ਸਿੰਘ ਸੈਣੀ ਹੋਵੇ ਭਾਵੇਂ ਉਹ ਬਾਦਲ ਪਰਿਵਾਰ ਹੋਵੇ ਅਤੇ ਚੌਥਾ ਤਿੰਨੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਹ ਕਦੇ ਨਹੀਂ ਚਾਹੁੰਦੀਆਂ ਕਿ ਸਿੱਖ ਇਕੱਠੇ ਹੋਣ ਅਤੇ ਸਿੱਖ ਜੁੜਨ ਅਤੇ ਆਪਣੇ ਹੱਕਾਂ ਦੀ ਲੜਾਈ ਮਿਲ ਕੇ ਲੜਨ ਉਹਨਾਂ ਸਾਰੀਆਂ ਤਾਕਤਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਕੁਛ ਗਲਤੀਆਂ ਪ੍ਰਬੰਧਕਾਂ ਵੱਲੋਂ ਵੀ ਰਹੀਆਂ ਠੀਕ ਹੈ ਔਰ ਕੁਛ ਘਾਟਾਂ ਜਿਹੜੀਆਂ ਸੀ ਇਸ ਕਰਕੇ ਕਿਉਂਕਿ ਮੋਰਚੇ ਨੂੰ ਚਲਾਉਣ ਵਾਲਾ ਕੋਈ ਵੀ ਪ੍ਰਬੰਧਕ ਤਜਰਬੇਕਾਰ ਨਹੀਂ ਸੀ ਉਹ ਕਿਸੇ ਕੇਡਰ ਬੇਸ ਜਥੇਬੰਦੀ ਨਾਲ ਨਹੀਂ ਸੀ ਜੁੜਿਆ ਹੋਇਆ ਉਹ ਕਿਸੇ ਪੋਲੀਟੀਕਲ ਪਾਰਟੀ ਤੋਂ ਤਜਰਬਾ ਉਹਨੇ ਨਹੀਂ ਸੀ ਲਿਆ ਹੋਇਆ ਪਰੰਤੂ ਬਾਵਜੂਦ ਇਹਦੇ ਮੋਰਚਾ ਇੱਥੇ ਸਥਿਰ ਰਿਹਾ ਸੰਗਤਾਂ ਆਉਂਦੀਆਂ ਰਹੀਆਂ ਪਰ ਘੱਟ ਗਿਣਤੀ 'ਚ ਆਉਂਦੀਆਂ ਰਹੀਆਂ ਪਰ ਅੱਜ ਪਿਛਲੇ 10-15 ਦਿਨ ਤੋਂ ਜਦੋਂ ਤੋਂ ਰਾਤ ਦੇ ਦੀਵਾਨ ਲੱਗਣੇ ਸ਼ੁਰੂ ਹੋਏ ਆ 15 ਅਗਸਤ ਦਾ ਪ੍ਰੋਗਰਾਮ ਰੱਖਿਆ ਔਰ ਪਿੰਡਾਂ 'ਚ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਹੈ ਵੱਖ ਵੱਖ ਕਿਸਾਨ ਜਥੇਬੰਦੀਆਂ ਨੂੰ ਮੁੜ ਕੇ ਬੇਨਤੀ ਕੀਤੀ ਹੈ ਤਾਂ ਮੋਰਚਾ ਪਹਿਲਾਂ ਨਾਲੋਂ ਰੰਗ ਦੇ ਵਿੱਚ ਆਉਣਾ ਸ਼ੁਰੂ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਮੈਨੂੰ ਉਮੀਦ ਹੈ ਕਿ 5 ਤੋਂ 7 ਤਰੀਕ ਤੱਕ ਮੋਰਚੇ ਦੇ ਵਿੱਚ ਘੱਟੋ ਘੱਟ 1000 ਬੰਦਾ ਜਿਹੜਾ ਉਹ ਦਿਨ ਰਾਤ ਦੀ ਹਾਜ਼ਰੀ ਦੇਵੇਗਾ ਔਰ 15 ਅਗਸਤ ਨੂੰ ਇੱਥੇ 26 ਜਨਵਰੀ ਤੋਂ ਵੀ ਵੱਡਾ ਇਕੱਠ ਹੋਏਗਾ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਔਰ ਉਹਦੇ ਤੋਂ ਇਲਾਵਾ ਸੰਤ ਮਹਾਂਪੁਰਸ਼ ਵੱਖ ਵੱਖ ਪੰਥ ਦਲ ਕੀਰਤਨੀਏ ਢਾਡੀ ਸਿੰਘ ਹਰ ਉਹ ਬੰਦਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਔਰ ਹਰ ਉਹ ਬੰਦਾ ਜਿਹੜਾ ਸਰਕਾਰ ਦੀ ਨਾਇਨਸਾਫੀ ਦੇ ਖਿਲਾਫ ਇਕੱਠੇ ਹੋ ਕੇ ਕੁਛ ਕਰਨਾ ਚਾਹੁੰਦਾ ਹੈ ਉਹ ਤੁਹਾਨੂੰ 15 ਅਗਸਤ ਨੂੰ ਇੱਕ ਵੱਡੇ ਰੋਸ ਮਾਰਚ ਦੇ ਵਿੱਚ ਨਜ਼ਰ ਆਏਗਾ 15 ਅਗਸਤ ਦਾ ਰੋਸ ਮਾਰਚ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਜ਼ਾਦੀ ਦੇ ਨਾਂ 'ਤੇ ਇਹ ਲੋਕ ਸੰਵਿਧਾਨ ਨੂੰ ਪੈਰਾਂ 'ਚ ਮਧੋਲ ਕੇ ਪਖੰਡ ਕਰ ਰਹੇ ਆ 15 ਅਗਸਤ ਦਾ ਰੋਸ ਮਾਰਚ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਜ਼ਾਦੀ ਦੇ ਨਾਂ 'ਤੇ ਇਹ ਲੋਕ ਸੰਵਿਧਾਨ ਨੂੰ ਪੈਰਾਂ 'ਚ ਮਧੋਲ ਕੇ ਪਖੰਡ ਕਰ ਰਹੇ ਆ ਇਹ ਨਾ ਸੰਵਿਧਾਨ ਦੀ ਪਾਲਣਾ ਕਰਦੇ ਆ ਨਾ ਵਿਧਾਨ ਪਾਲਿਕਾ ਦੀ ਪਾਲਣਾ ਕਰਦੇ ਆ ਨਾ ਇਹ ਅਦਾਲਤਾਂ ਦੇ ਆਦੇਸ਼ ਮੰਨਦੇ ਆ ਕੱਲ੍ਹ ਅਦਾਲਤ ਨੇ ਇਹ ਗੱਲ ਕਹੀ ਹੈ ਆ ਤਰੀਕ ਸੀਗੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਅੱਜ ਔਰ ਅਦਾਲਤ ਨੇ 10 ਤਰੀਕ ਨੂੰ ਉਹਨਾਂ ਨੂੰ ਪੇਸ਼ ਕਰਨ ਨੂੰ ਕਿਹਾ ਅਦਾਲਤ ਹੁਣ ਤੱਕ 5 ਵਾਰ ਕਹਿ ਚੁੱਕੀ ਹੈ ਕਿ ਇਹ 10 ਅਗਸਤ ਨੂੰ ਜਥੇਦਾਰ ਹਵਾਰਾ ਨੂੰ ਪੇਸ਼ ਕਰਨਗੇ ਆਪਦੀ ਵਿਧਾਨ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਾਰਮਿਕ ਗ੍ਰੰਥਾਂ 'ਤੇ ਜਿਹੜਾ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ ਅਜੇ ਤੱਕ ਇਹਨਾਂ ਨੇ ਆਪਦੀ ਵਿਧਾਨ ਪਾਲਿਕਾ ਨੂੰ ਨਹੀਂ ਮੰਨਿਆ ਕਿਉਂ ਨਹੀਂ ਮੰਨਦਾ ਰਾਜਪਾਲ ਕਿਉਂ ਨਹੀਂ ਮੰਨਦਾ ਰਾਸ਼ਟਰਪਤੀ ਉਹਨਾਂ ਤੋਂ ਕਾਨੂੰਨ ਪਾਸ ਕਰਵਾਇਆ ਜਾਣਾ ਚਾਹੀਦਾ ਕਿਉਂਕਿ ਇਹਨਾਂ ਨੇ ਖੁਦ ਆਪਦੀ ਵਿਧਾਨ ਪਾਲਿਕਾ 'ਚ ਖੁਦ ਵਿਧਾਨ ਪਾਲਿਕਾ ਨੇ ਸਿੱਟ ਬੁਲਾਈ ਕਾਰਜਪਾਲਿਕਾ ਨੇ ਸਿੱਟ 'ਚ ਕੰਮ ਕੀਤਾ ਪਰ ਉਹਨਾਂ ਅਫਸਰਾਂ ਦੁਆਰਾ ਕੀਤੀ ਗਈ ਤਫਤੀਸ਼ 'ਤੇ ਅਜੇ ਤੱਕ ਇਹ ਕਾਨੂੰਨ ਅਨੁਸਾਰ ਕਾਰਵਾਈ ਨਹੀਂ ਹੋਣ ਦੇਣ ਦੇ ਇਹ ਕਿਹੜੇ ਸੰਵਿਧਾਨ ਦੀ ਗੱਲ ਬਲਵਿੰਦਰ ਜੀ ਇੱਕ ਸਵਾਲ ਮੇਰਾ ਵੀ ਆ ਤੁਸੀਂ 10 ਅਗਸਤ ਦੀ ਜਥੇਦਾਰ ਸਾਹਿਬ ਦੀ ਪੇਸ਼ੀ ਦੀ ਗੱਲ ਕੀਤੀ ਹੈਗੀ ਆ ਕਿ ਵੀ ਪੇਸ਼ੀ ਉਹਨਾਂ ਦੀ ਜਿਹੜੀ ਹੋਣੀ ਚਾਹੀਦੀ ਹੈ ਅਦਾਲਤ ਦੇ ਵਿੱਚ ਪੇਸ਼ ਹੋਣਾ ਚਾਹੀਦਾ ਜੇ ਸਿੰਘ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਕੀ 15 ਅਗਸਤ ਦਾ ਪ੍ਰੋਗਰਾਮ ਨਹੀਂ ਹੋਏਗਾ ਕਿਉਂ ਦੇਖੋ ਜਥੇਦਾਰ ਨੂੰ ਪੇਸ਼ ਕਰਨਾ ਕਾਨੂੰਨ ਦੀ ਪਾਲਣਾ ਆ ਉਹ ਕਾਨੂੰਨ ਦੀ ਪਾਲਣਾ ਕਰਨੀ ਆ ਸਰਕਾਰ ਨੇ 15 ਅਗਸਤ ਦਾ ਪ੍ਰੋਗਰਾਮ ਲਈ ਤਾਂ ਬਾਕੀ ਸਾਰੀਆਂ ਮੰਗਾਂ ਅਜੇ ਬਕਾਇਆ ਖੜੀਆਂ ਨੇ
श्री गुरु ग्रंथ साहब जी समेत सारे धार्मिक ग्रंथां दे उत्ते जिहड़ी कानून बनाउण दी गल है वो पेंडिंग है, जिन्हों लैके मोर्चा शुरू किया गया। जेकर अकाल तख्त के जथेदार साहब नूं इत्थे लै आउंदे आ, 31 मैंबरी जत्था उस कार्ज करके जा रहा है कि तुसीं उहनां नूं इत्थे नहीं लिया रहे। इस जत्थे नूं मुलतवी किया जा सकता है 15 अगस्त का प्रोग्राम, तो बाकी दियां तिन्ने मंगां खड़ियां ने, कोटकपूरा बहबल गोलीकांड और ये तो अलावा श्री गुरु ग्रंथ साहब जी ते सख्त कानून की गल, और जिहड़ी तीसरी मंग हैगी है, तिन्ना मंगां जिहड़ियां सरकार दे नाल जुड़ियां होई हैं और उन्हां मंगां दे उत्ते ये मोर्चा उन्ना चिर लग्या रहेगा जिन्ना चिर बंदी सिंह रिहा नहीं किए जाते। श्री गुरु ग्रंथ साहब जी ते सख्त कानून नहीं बनता। बहबल कोटकपूरा गोलीकांड, बहबल ते जिहड़ा 302 दा परचा, 307 दा सरकार ने अखां पूंझतियां, पर 302 दा परचा जिहड़ा हैगा उस फोर्स ने जिहड़ी रात नूं पानी दियां बछाड़ां मार के गोली कोटकपूरा चौंक च चलाउंदी आ, उही पुलिस जाके दो जणां दा कतल करदी है, 10-12 बंदियां दे उत्ते सीधी गोली चलाउंदी है, क्योंकि सिखां नूं दबाया जा सके, डराया जा सके और लोकां नूं घरों घरी तोरिया जा सके। ਨੌਜਵਾਨਾਂ ਦੇ ਨਾ ਕੁਝ ਹੋਰ ਵੀ ਜਦੋਂ ਪਿੰਡਾਂ 'ਚ ਜਾਂਦੇ ਹਾਂ ਤਾਂ ਕੁਝ ਸਵਾਲ ਰਹਿੰਦੇ ਨੇ ਕਿ ਭਾਈ ਸ਼ਮਸ਼ੇਰ ਸਿੰਘ ਜੀ ਦੀ ਸੁੱਖ ਦੀ ਖਬਰ ਆਈ ਸੀ ਕਿ ਭਾਈ ਸਾਹਿਬ ਜਲਦੀ ਆਪਣੇ ਘਰਾਂ ਦੇ ਵਿੱਚ ਆਪਣੀ ਸੰਗਤ ਦੇ ਵਿੱਚ ਆਉਣਗੇ, ਉਦੋਂ ਉਹ ਪੇਜ ਕਿੱਥੇ ਅੜਿਆ ਜੀ? ਉਹ ਨੌਜਵਾਨ ਜਿਹੜੇ ਨੇ ਲਗਾਤਾਰ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਸਵਾਲ ਕਰ ਰਹੇ ਨੇ ਕਿ ਆਖਿਰ ਇੰਨੇ 1.5 ਤੋਂ 2 ਮਹੀਨੇ ਹੋ ਚੁੱਕੇ ਨੇ ਪਹਿਲੀ ਵਾਰ ਜਦੋਂ ਖਬਰ ਆਈ ਸੀ ਕਿ ਭਾਈ ਸਾਹਿਬ ਜਲਦੀ ਚੜ੍ਹਦੀ ਕਲਾ ਦੇ ਵਿੱਚ ਬਾਹਰ ਆ ਰਹੇ, ਉਹ ਪੇਜ ਕਿੱਥੇ ਅੜਿਆ, ਕੀ ਕਹਿ ਰਹੀ ਆ ਸਰਕਾਰ? ਦੇਖੋ, ਸਰਕਾਰ ਨੇ 26 ਜਨਵਰੀ ਨੂੰ ਇੱਕ 26 ਫਰਵਰੀ ਨੂੰ ਜਿਹੜੀ ਮੀਟਿੰਗ ਕੀਤੀ ਸੀ ਉਹਦੇ 'ਚ 5 ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ। ਹਾਂਜੀ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਇੱਥੇ ਲੈ ਕੇ ਆਉਣ ਦੀ ਗੱਲ ਕੀਤੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਬਣਾਉਣ ਸੰਬੰਧੀ ਇੱਕ ਪੰਜਾਬ ਸਰਕਾਰ ਦਾ ਡੈਲੀਗੇਸ਼ਨ ਰਾਸ਼ਟਰਪਤੀ ਕੋਲੇ ਲਿਜਾਣ ਦੀ ਗੱਲ ਕੀਤੀ ਸੀ। ਉਹਦੇ ਤੋਂ ਇਲਾਵਾ ਦੂਸਰੀ ਸਰਕਾਰ ਦੇ ਨਾਲ ਸੰਬੰਧਿਤ ਕੇਸ ਨੇ, ਜਿਵੇਂ ਦਿੱਲੀ ਦੇ ਵਿੱਚ ਇੱਕ ਕੇਸ ਹੈ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਹੈ, ਇਸੇ ਤਰ੍ਹਾਂ ਇੱਕ ਕੇਸ ਜਿਹੜਾ ਹੈਗਾ ਉਹ ਹੋਰ ਸਟੇਟ ਦੇ ਨਾਲ ਹੈ, ਤਾਂ ਉਹਦੇ 'ਤੇ ਸਰਕਾਰ ਨੇ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਕੰਮ ਕਰਾਂਗੇ ਔਰ ਉਹ ਕੰਮ 31 ਮਾਰਚ ਤੱਕ ਕਰਨੇ ਸੀ। ਉਹਨਾਂ 'ਚੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। 2 ਬੰਦੀ ਸਿੰਘਾਂ ਦੀ ਰਿਹਾਈ ਹੋਈ ਹੈ ਔਰ ਉਹ ਪੱਕੀ ਜ਼ਮਾਨਤ ਜਿਨ੍ਹਾਂ ਦਾ ਨਕਸ਼ਾ ਤੋਰਿਆ ਗਿਆ ਕਿਉਂਕਿ ਕੋਰਟ ਦੇ ਆਰਡਰ ਹੈ। ਜੀ ਜੀ ਜੀ। ਪਰ ਉਹਦੇ ਵਿੱਚ ਵੀ ਸਰਕਾਰ ਜਿਹੜੀ ਹੈਗੀ ਹੈ, ਦੇਖੋ ਮੈਂ ਇੱਥੇ ਸਾਫ਼ ਕਰਾਂ, ਬਹੁਤ ਸਾਰੇ ਲੋਕ ਖਾਸ ਕਰਕੇ ਅਕਾਲੀ ਦਲ ਇਹ ਕਹਿੰਦਾ, ਮੈਂ ਵਿਰਸਾ ਸਿੰਘ ਹੋਰਾਂ ਦੀਆਂ ਉਹ ਦੇਖਦਾ ਰਹਿੰਦਾ ਜਿਹੜੀ ਉਹ ਫੇਸਬੁੱਕ 'ਤੇ ਲਿਖਦੇ ਆ, ਉਹ ਵੀ ਦੇਖਦੇ ਹੋਣਗੇ ਅਸੀਂ ਜੋ ਬੋਲਦੇ ਹਾਂ। ਉਹਨਾਂ ਨੇ ਬੜਾ ਮਤਲਬ ਤਣਜ ਨਾਲ ਕਿਹਾ ਕਿ ਮਤਲਬ ਇਹ ਜਿਹੜੀਆਂ ਰਿਹਾਈਆਂ ਹੋ ਰਹੀਆਂ ਨੇ ਇਹ ਅਦਾਲਤ ਦੇ ਹੁਕਮਾਂ ਨਾਲ ਹੋ ਰਹੀਆਂ। ਮਾਫ਼ ਕਰਨਾ, ਕੌਮ ਨੂੰ ਇੱਥੇ ਆਉਣਾ ਪਏਗਾ, ਇਹ ਰਿਹਾਈਆਂ ਕੌਮ ਦੇ ਇੱਥੇ ਇਕੱਠੇ ਹੋਣ ਅਤੇ ਜੁੜਨ ਨਾਲ ਹੋ ਰਹੀਆਂ। ਇਹੀ ਗੱਲ ਸ਼ਮਸ਼ੇਰ ਸਿੰਘ ਦੇ ਮਾਮਲੇ 'ਚ, ਜਿਹੜਾ ਕੰਮ ਕਾਰਜਪਾਲਕਰ ਨੇ ਕਰਨਾ ਉਹਦੇ ਵਿੱਚ ਕੋਈ ਨਕੂਣਾ ਉਹਨਾਂ ਨੇ ਛੱਡ ਦਿੱਤਾ, ਜਿਹਦੇ ਕਰਕੇ CGM ਨੇ ਉਹ ਰਿਹਾਈ ਲਟਕਾ ਦਿੱਤੀ ਹੈ। ਪ੍ਰਸ਼ਾਸਨ ਨਾਲ ਗੱਲ ਹੋਈ ਹੈ, ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ, ਉਹਨਾਂ ਨੇ ਕਿਹਾ ਕਿ ਅਸੀਂ ਉਹ ਜਿਹੜੀ ਕਮੀ ਪੇਸ਼ੀ ਹੈ ਉਹ ਦੂਰ ਕਰਾਂਗੇ ਔਰ ਬਹੁਤ ਉਮੀਦ ਹੈ ਕਿ ਉਹਨਾਂ ਦੀ ਰਿਹਾਈ ਅਗਸਤ 'ਚ ਹੋਵੇ। ਵੈਸੇ ਤਾਂ ਜਦੋਂ ਗੱਲ ਕਰਦੇ ਹਾਂ ਨੌਜਵਾਨੀ ਦੀ ਤਾਂ ਜਥੇਦਾਰ ਸਾਹਿਬ ਦਾ ਜਾਂ ਹੋਰ ਬੰਦੀ ਸਿੰਘਾਂ ਦਾ ਸਾਰਿਆਂ ਦੇ ਮਨਾਂ ਦੇ ਵਿੱਚ ਬਰਾਬਰ ਦਾ ਸਤਿਕਾਰ ਆ, ਪਰ ਜੇਕਰ ਗੱਲ ਸਿੰਘ ਸਾਹਿਬ ਜਥੇਦਾਰ ਸਾਹਿਬ ਦੀ ਆਉਂਦੀ ਆ, ਹਵਾਰਾ ਸਾਹਿਬ ਦੀ ਆਉਂਦੀ ਆ, ਤਾਂ ਨੌਜਵਾਨੀ ਕੁਝ ਵੱਖਰੇ ਤੌਰ 'ਤੇ ਹੀ ਉਹਨਾਂ ਦਾ ਸਤਿਕਾਰ ਕਰਦੀ ਆ, ਵੱਖਰੇ ਤੌਰ 'ਤੇ ਉਹਨਾਂ ਨੂੰ ਪਿਆਰ ਕਰਦੀ ਆ। ਨੌਜਵਾਨ ਇਹ ਵੀ ਪੁੱਛਦੇ ਨੇ, ਕਹਿੰਦੇ ਜੀ 6-7 ਮਹੀਨੇ ਹੋ ਚੁੱਕੇ ਨੇ ਸਾਨੂੰ ਸੰਘਰਸ਼ ਦੇ ਰਸਤੇ ਤੁਰਿਆਂ ਨੂੰ, ਇੱਥੇ ਮੁਸ਼ਕਲਾਂ ਵੀ ਕਾਫੀ ਆਈਆਂ ਨੇ, ਬਹੁਤ ਕੁਛ ਹੰਢਾਇਆ ਪਿੰਡੇ 'ਤੇ ਹੰਢਾਇਆ ਸੰਗਤ ਨੇ, ਕਹਿੰਦੇ ਹੁਣ ਜਿੱਤ ਦੇ ਜਕਾਰੇ ਕਦੋਂ ਲੱਗਣਗੇ, ਕਿੰਨਾ ਲੰਬਾ ਮੋਰਚਾ? ਦੇਖੋ, ਇਹ ਗੁਰੂ ਦੀ ਕਿਰਪਾ ਅਤੇ ਸੰਗਤਾਂ ਦੇ ਮਤਲਬ ਇੱਥੇ ਪਹੁੰਚਣ ਦੀ ਦੇਰੀ 'ਤੇ ਪਹੁੰਚਣ 'ਤੇ ਮੁਨਸਰ ਕਰਦਾ। ਸੰਗਤਾਂ ਜਦੋਂ ਇੱਥੇ ਵੱਧ ਤੋਂ ਵੱਧ ਆਪਦੀ ਹਾਜ਼ਰੀ ਪ੍ਰਵਾਨ ਕਰਨਗੀਆਂ, ਮਾਫ਼ ਕਰਨਾ ਬੜੀ ਛੋਟੀ ਜਿਹੀ ਗੱਲ ਕਹਿ ਰਿਹਾ, ਪੰਜਾਬ 'ਚ 13,000 ਪਿੰਡ ਨੇ, ਇੱਕ ਇੱਕ ਪਿੰਡ ਦੇ ਵਿੱਚ ਦਰਜਨਾ ਨਹੀਂ ਕਈ ਪਿੰਡਾਂ, ਵੱਡੇ ਪਿੰਡਾਂ 'ਚ ਸੈਂਕੜੇ ਲੋਕ ਨੇ ਜਿਹੜੇ ਗੁਰੂ ਦੇ ਸਿੱਖ ਨੇ। ਪੱਗਾਂ ਤਾਂ ਮੇਰੇ ਵਰਗਿਆਂ ਦੇ ਸਾਰਿਆਂ ਦੇ ਸਿਰ 'ਤੇ ਨੇ, ਤੁਸੀਂ ਮੋਨੇ ਆ, ਦਰਦ ਸਾਡੇ ਨਾਲੋਂ ਵੀ ਵੱਧ ਤੁਹਾਡੇ ਦਿਲਾਂ ਦੇ ਵਿੱਚ ਹੈ। ਇੱਕ ਪਿੰਡ 'ਚੋਂ 2 ਬੰਦੇ ਵੀ ਇੱਥੇ ਆ ਕੇ ਬੈਠ ਜਾਣ ਕੇਵਲ 1 ਹਫ਼ਤੇ ਲਈ, 13,000 ਪਿੰਡ ਹੈ, 26,000 ਬੰਦਾ ਹੋ ਜਾਏਗਾ। ਅਜੇ ਤੱਕ ਮੋਰਚੇ ਦੇ ਵਿੱਚ 1500 ਤੋਂ ਵੱਧ ਬੰਦਾ ਰਾਤ ਦੀ ਹਾਜ਼ਰੀ ਹੋਈ ਨਹੀਂ, ਜਿਸ ਵੇਲੇ ਮੋਰਚਾ ਪੂਰੀ ਚੜ੍ਹਦੀ ਕਲਾ 'ਚ ਸੀ। ਕਹਿਣ ਦਾ ਭਾਵ ਹੈ ਕਿ ਕੀ ਅਸੀਂ ਪਿੰਡ 'ਚੋਂ 2 ਬੰਦੇ ਇਸ ਮੋਰਚੇ ਲਈ ਸਪੇਅਰ ਕਰ ਸਕਦੇ ਹਾਂ? ਠੀਕ ਹੈ, ਹਰ ਗੁਰੂ ਘਰ ਜਿਹੜਾ ਹੈਗਾ ਇਹ ਜ਼ਿੰਮੇਵਾਰੀ ਚੱਕੇ, ਪਿੰਡ ਦੀ ਪੰਚਾਇਤ ਗੁਰੂ ਘਰ ਦੇ ਵਿੱਚ ਕੀਤੀ ਜਾਵੇ ਔਰ 2 ਸਿੰਘ ਜਿਹੜੇ ਹੈਗੇ ਆ ਉਹਨਾਂ ਦੇ ਘਰਾਂ ਦੀ ਜ਼ਿੰਮੇਵਾਰੀ ਪਿੰਡ ਚੱਕੇ। ਉਹਨਾਂ ਦੇ ਘਰ 'ਚ ਆਟੇ ਦੀ ਲੋੜ ਹੈ, ਦਾਲ ਦੀ ਲੋੜ ਹੈ, ਉਹਨਾਂ ਦੀ ਖੇਤੀ ਕਰਨ ਦੀ ਲੋੜ ਹੈ। ਤੁਸੀਂ 10 ਜਣਿਆਂ ਦੀ ਟੀਮ ਬਣਾ ਲਓ, 8 ਜਣਿਆਂ ਦੀ ਟੀਮ ਬਣਾ ਲਓ, ਹਫ਼ਤਾ ਹਫ਼ਤਾ 2 ਜਣੇ ਇੱਥੇ ਰਹਿ ਜਾਣ,
26,000 बंदा हो जाएगा, सरकार एक हफ्ता भार नहीं झल सकती। सो लोड़ है तुहाडी साडे तो भी वध के, और साडे जिहड़े इत्थे आगू बैठे ने उन्हां नूं बेनती है कि वह पिंडां च जाना शुरू करन, पिंडां च जाके झोली फैला के जोदड़ी करन कि आओ पिंड चों दो दो बंदे जाइए। जिहड़ियां वड्डियां शख्सीयतां ने उन्हां दे मनां दे विच होर बहुत सारियां गल्लां होणगियां, पर आम संगत तां गुरु ग्रंथ साहिब जी नूं प्यार करदी है, आम संगत तां बंदी सिंघां नूं प्यार करदी है। सो दो दो बंदे भी इत्थे आ जाणगे ते मोर्चा असीं जित्तांगे, बाकी गुरु बख्शिश करेगा जी दी अगवाई दे विच मोर्चा लग्गिया, उह सानूं समत बख्शे ते असीं मिल के रल के इह जद्दोजहद करिए। अज दिव्यांग लोक आए ने, अपाहज लोक आए ने, अज दा जत्था अपाहज लोकां दा गया, उह वड्डे जुझारू ने, बिल्कुल। सो बड़ी बड़ी दूरों आए ने, असूल मन च इन्हां दी जथेबंदी है। मैनूं पता है कि जेकर मोर्चा जां चढ़दी कला वाले सिख जिन्हां कोले परमात्मा ने सब कुछ दित्ता है इन्हां नूं 100 गड्डियां भी दे देणगे, इह 100 गड्डियां 15 अगस्त नूं भर के लै आउणगे। साडे नाल इन्हां नाल असूल मंच दी जथेबंदी नाल संपर्क कीता जावे, इन्हां नूं साधन मुहैया कीते जाण, ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹਨਾਂ ਕੋਲੇ ਪੈਸਾ ਨਹੀਂ। ਅੱਛਾ, ਬਾਕੀ ਚਲੋ ਬਾਈ ਉਹਨਾਂ ਦੇ ਸਵਾਲ ਹੋਣਗੇ, ਮੇਰਾ ਪਰਸਨਲ ਤੌਰ ਤੇ ਇੱਕ ਤੁਹਾਨੂੰ ਇੱਕ ਆਗੂ ਹੋਣ ਦੇ ਨਾਂ ਤੇ ਤੁਹਾਡੇ ਨਾਲ ਇੱਕ ਆਖਰੀ ਸਵਾਲ ਆ। 15 ਅਗਸਤ ਦੀ ਲਗਾਤਾਰ ਬਾਪੂ ਗੁਰਚਰਨ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੁੰਦੀ, ਹੋਰ ਸ਼ਖਸੀਅਤਾਂ ਨਾਲ ਵੀ ਗੱਲ ਹੁੰਦੀ, 26 ਜਨਵਰੀ ਦੀ ਰਿਪੋਰਟ ਆਉਂਦੀ ਆ, ਤੁਹਾਡੇ ਨਾਲ ਵੀ ਗੱਲ ਹੋਈ ਸੀ ਕਿ ਤਕਰੀਬਨ 1.5 ਲੱਖ ਦਾ ਕੱਟ ਸੀ, ਉਹ ਰਿਕਾਰਡ ਟੁੱਟੇਗਾ? ਦੇਖੋ, ਅਸੀਂ ਆਪਦੇ ਵੱਲੋਂ ਕੋਈ ਯਤਨ ਬਕਾਇਆ ਨਹੀਂ ਛੱਡਾਂਗੇ। ਕੱਲ 10 ਪਿੰਡਾਂ ਦੇ ਵਿੱਚ ਬਲਾਕ ਮਾਜਰੀ 'ਚ ਮੀਟਿੰਗਾਂ ਨੇ, ਇਸੇ ਤਰ੍ਹਾਂ ਪਰਸੋਂ ਨੇ। ਸਾਡਾ ਯਤਨ ਹੈ ਕਿ ਘੱਟੋ ਘੱਟ 5 ਤੋਂ 7 ਟੀਮਾਂ ਬਣਾ ਕੇ ਰੋਜ਼ 25-30 ਪਿੰਡ ਇਸ ਮੋਰਚੇ ਦੇ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੱਢੇ ਜਾਣ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਟੀਮ ਜਾ ਕੇ ਜੋਦੜੀ ਕਰੇ ਤਾਂ ਪੂਰੀ ਉਮੀਦ ਹੈ ਕਿ ਉਹ ਰਿਕਾਰਡ ਗੁਰੂ ਦੀ ਕਿਰਪਾ ਨਾਲ ਅਤੇ ਸੰਗਤ ਦੇ ਪਿਆਰ ਦੇ ਸਦਕਾ ਜ਼ਰੂਰ ਟੁੱਟੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।